ਟਰਾਈ ਹੋ ਗਈ ਏ ਤੇ ਚਿੱਟੂ ਗੱਡੀ ਚਲਾ ਰਿਹਾ, ਟਰਾਈ ਹੋ ਗਈ ਏ ਫੇਲ ਹੋ ਗਿਆ, ਪਤਾ ਨਹੀਂ ਕੀ ਏ ਫੇਲ ਹੋ ਗਿਆ। ਅਸਲਾਮ ਵਾਲੇਕੁਮ, ਤੇ ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ ਹੋ? ਉਮੀਦ ਕਰਦੇ ਹਾਂ ਭੈਰੇ ਹੀ ਹੋਵੋਗੇ, ਕਿਉਂਕਿ ਤੁਸੀਂ ਸਬਸਕ੍ਰਾਈਬ ਤਾਂ ਕਰਦੇ ਕੋਈ ਨਹੀਂ, ਭੈਰੇ ਹੀ ਹੋਣਾ। ਜਿਹੜਾ ਸਬਸਕ੍ਰਾਈਬ ਕਰਨਾ ਉਹ ਤਰ ਗਿਆ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਤੁਸੀਂ ਤਰ ਗਏ ਹੋ, ਕਿਉਂਕਿ ਅੱਜ ਦੀ ਵੀਡੀਓ ਜਿਹੜੀ ਹੈ ਮੈਂ ਤੁਹਾਨੂੰ ਦੱਸਣਾ ਇੱਕ ਲਾਇਸੈਂਸ ਕਿੰਜ ਬਣਵਾਇਆ ਜਾਏ ਆਪਣਾ। ਅਤੇ ਤੋੜ ਤੱਕ ਵੀਡੀਓ ਨੂੰ ਵੇਖਣਾ ਐਂਡ ਤੱਕ, ਉਹ ਐਂਡ ਜਦੋਂ ਖਤਮ ਹੋਏਗਾ ਫਿਰ ਮੇਰੀ ਵੀਡੀਓ ਆਏਗੀ, ਉਹ ਵੀ ਤੁਸੀਂ ਵੇਖਣੀ ਹੈ। ਅਤੇ ਮੈਂ ਅੱਜ ਚੱਲਾਂ ਵਾਂ ਲਾਇਸੈਂਸ ਬਣਵਾਉਣ ਅਲੀ ਦਾ, ਸੁਲੇਮਾਨ ਦਾ, ਅਤੇ ਮੇਰਾ ਤਾਂ ਮਾਸ਼ਾਅੱਲਾ ਬਣ ਗਿਆ ਅਲਹਮਦੁਲਿਲਾ। ਅਤੇ ਇਹਨਾਂ ਦਾ ਹੁਣ ਬਣਵਾਉਣ ਚੱਲਾਂ, ਅਤੇ ਜੋ ਜੋ ਪ੍ਰੋਸੈਸ ਹੈ ਉਹ ਤੁਹਾਨੂੰ ਮੈਂ ਅੱਜ ਵਾਵਾਂਗਾ ਕਿ ਇੰਜ ਬਣਦਾ। ਅਤੇ ਤੁਸੀਂ ਵੀ ਆਪਣੀ ਤਿਆਰੀ ਫੁੱਲ ਰੱਖੋ ਉਸ ਤਰ੍ਹਾਂ। ਅਤੇ ਪਹਿਲਾਂ ਤਾਂ ਅਸੀਂ ਚੱਲੇ ਹਾਂ ਹੁਣ ਉੱਥੇ ਜਿੱਥੇ ਅਸੀਂ ਸਾਈਨ ਟੈਸਟ ਦੇਣਾ, ਅਤੇ ਉੱਥੇ ਜਿਹੜੀਆਂ ਫਾਰਮ ਵਗੈਰਾ ਲੈਣੇ ਨੇ ਉਹ ਅਸੀਂ ਸਾਰਾ ਕੁਝ ਏ ਟੂ ਜ਼ੈਡ ਤੁਹਾਨੂੰ ਦੱਸਾਂਗੇ, ਅਤੇ ਨਾਲ ਹੀ ਜੁੜਦੇ ਰਹੇ ਹੋ ਸਾਡੇ, ਚੱਲਦੇ ਹਾਂ ਜੀ। ਅਤੇ ਮੇਰੇ ਦੋਸਤੋ ਭਾਈਓ, ਮੈਂ ਇਹ ਤੁਹਾਨੂੰ ਕਹਿਣਾ ਚਾਹਾਂਗਾ, ਜਦੋਂ ਵੀ ਲਾਇਸੈਂਸ ਬਣਾਉਣ ਜਾਓ ਤੁਹਾਡੀ ਮਿਹਰਬਾਨੀ, ਤੁਹਾਡੇ 'ਚ ਅਰਜ਼ੀ ਕਰਨੇ ਪਿਆ ਕਿ ਟਾਈਮ ਨਾਲ ਜਾਓ, ਤਾਂ ਕਿ ਟਾਈਮ ਨਾਲ ਤੁਸੀਂ ਫਾਰਗ ਹੋ ਕੇ ਵਾਪਸ ਆ ਸਕੋ, ਬਾਕੀ ਜੇ ਤੁਹਾਡੇ ਜ਼ਿੰਦਗੀ ਦੇ ਜਿਹੜੇ ਮਾਮਲਾਤ ਕੰਮ ਸ਼ਾਮ ਹੈ ਤੁਸੀਂ ਉਹ ਟਾਈਮ ਨਾਲ ਜਿਹੜੇ ਨਿਬੇੜ ਸਕੋ, ਆਪਣੇ ਆਪ ਨੂੰ ਅਟੈਨਸ਼ਨ ਰੱਖ ਸਕੋ, ਠੀਕ ਹੈ। ਜਿਹਦਾ ਵੀ ਕੰਮ ਹੈ, ਜ਼ਰੂਰੀ ਨਹੀਂ ਲਾਇਸੈਂਸ ਤਾਂ ਟਾਈਮ ਨਾਲ ਪਹੁੰਚੋ, ਠੀਕ ਹੈ। ਨਹੀਂ, ਜਿਹਦਾ ਵੀ ਕੰਮ ਹੈ ਦੁਨੀਆਂ ਦਾ, ਕਿੱਥੇ ਤੁਸੀਂ ਜਾਣਾ, ਟਾਈਮ ਨਾਲ ਪਹੁੰਚੋ, ਟਾਈਮ ਨਾਲ ਕੰਮ ਕਰੋ, ਟਾਈਮ ਨਾਲ ਕਾਰ, ਠੀਕ ਹੈ। ਮਾਸ਼ਾਅੱਲਾ ਅਸੀਂ ਪਹੁੰਚ ਗਏ ਹਾਂ ਲੋਕੇਸ਼ਨ 'ਤੇ, ਅਤੇ ਇਹ ਗੁਜਰਾਂ ਵਾਲਾ ਦਾ ਡਰਾਈਵਿੰਗ ਦਫ਼ਤਰ ਹੈ ਲਾਇਸੈਂਸ ਬਣਵਾਉਣ ਵਾਲਾ। ਅਤੇ ਉਹਨਾਂ 'ਚ ਚੱਲੇ ਹਾਂ, ਫੋਟੋਗ੍ਰਾਫ ਐਫ ਆਈ ਆਰ ਲੈ ਲਈ ਹੈ, ਫਾਈਲ ਇੱਥੇ ਆ ਕੇ ਲੈਣੀ ਪੈਂਦੀ ਹੈ, ਵੀ ਆਈ ਪੀ ਫਾਈਲ ਉੱਤੇ ਲਿਖਿਆ ਹੋਇਆ, ਫਾਈਲ ਲਵੋ। ਲੈਣ 'ਚ ਲੱਗਣ ਤੋਂ ਪਹਿਲਾਂ ਇੱਥੇ ਨਾਲ ਡਾਕਖਾਨਾ, ਡਾਕਖਾਨੇ 'ਚ ਤੁਸੀਂ ਲੈਣਾ 200 ਦੀਆਂ ਟਿਕਟਾਂ, ਟਿਕਟਾਂ ਹੁੰਦੀਆਂ 200 ਰੁਪਏ, ਉਹਨੂੰ ਕਹੋ 200 ਰੁਪਏ ਵਾਲੀਆਂ ਟਿਕਟਾਂ ਦੇ ਦਿਉ, ਉਹ ਟਿਕਟਾਂ ਨਾਲ ਲਾਣੀਆਂ। ਅਤੇ ਉਸ ਤੋਂ ਬਾਅਦ ਤੁਸੀਂ ਲੈਣ 'ਚ ਲੱਗਣਾ, ਅਸੀਂ ਜਾ ਕੇ ਫਟਾਫਟ ਟੋਕਨ ਵੀ ਕਢਵਾ ਆਇਆ, 13-14 ਨੰਬਰ ਆਇਆ ਸਾਡਾ, ਅਸੀਂ ਟਿਕਟਾਂ ਕਢਵਾ ਲਈਆਂ। ਹੁਣ ਵੇਟ ਕਰਾਂਗੇ ਆਪਣੀ ਵਾਰੀ ਦਾ, 9 ਵਜੇ ਖੁੱਲ੍ਹਣਾ, 8:30 ਹੋ ਗਏ ਨੇ, 9 ਵਜੇ ਖੁੱਲ੍ਹਣਾ। ਉਸ ਤੋਂ ਬਾਅਦ ਇਨਸ਼ਾਅੱਲਾ ਜੋ ਪ੍ਰੋਸੈਸ ਹੋਏਗਾ ਫਿਰ ਤੁਹਾਨੂੰ ਕੰਟੀਨਿਊ ਕਰਕੇ ਪਾਉਂਦਾ ਰਹਾਂਗਾ। ਇਹ ਮਾਸ਼ਾਅੱਲਾ ਉਹਨਾਂ ਨੇ ਅੰਦਰ ਦਾ ਸਿਟਿੰਗ ਏਰੀਆ ਬਣਾਇਆ, ਅਤੇ ਬਹੁਤ ਹੀ ਪਿਆਰਾ ਮਾਸ਼ਾਅੱਲਾ, ਪੌਦਿਆਂ ਦਾ ਵੀ ਉਹਨਾਂ ਨੇ ਸੈਟਅਪ ਅੱਛਾ ਜਿਹਾ ਲਾਇਆ, ਅਤੇ ਪਰਿੰਦਿਆਂ ਵਾਸਤੇ ਘੌਂਸਲੇ ਵੀ ਬਣਾਏ ਹੋਏ ਨੇ, ਅਤੇ ਅਲੀ ਵਾਲ ਵੇਖੋ, ਅਤੇ ਇੰਜਾਂ ਵੀ ਮੁਲਕੀ ਨਿਜ਼ਾਮ ਇਹਨੇ ਸਹੀ ਕਰਨੇ ਨੇ। ਮਾਸ਼ਾਅੱਲਾ ਸਾਡੇ ਨਾਲ ਹੋ ਗਿਆ ਸਕੈਮ, ਅਤੇ ਸਕੈਮ ਕੀ ਹੋਇਆ ਕਿ ਅਲੀ ਭਾਈ ਦਾ ਨਾ ਉੱਥੇ ਨਾ ਡਾਟਾ ਹੀ ਨਹੀਂ ਸ਼ੋਅ ਹੋਇਆ, ਡਾਟਾ ਕੀ ਨਹੀਂ ਸ਼ੋਅ ਹੋਇਆ ਅਸੀਂ ਪਤਾ ਕੀਤਾ, ਆਉਂਦੇ ਨੇ ਕਿ ਕਈਆਂ ਦਾ ਸ਼ੋਅ ਹੋ ਰਿਹਾ, ਕਈਆਂ ਦਾ ਨਹੀਂ ਹੋ ਰਿਹਾ, ਅਤੇ ਅਲੀ ਭਾਈ ਦਾ ਨਾ ਡਾਟਾ ਹੀ ਨਹੀਂ ਸ਼ੋਅ ਹੋਇਆ, ਇਸ ਵਜ੍ਹਾ ਤੋਂ ਅਲੀ ਭਾਈ ਦਾ ਅੱਜ ਕੋਈ ਨਹੀਂ ਬਣਨਾ, ਅਤੇ ਸਲਮਾਨ ਦਾ ਹੋ ਗਿਆ। ਅਤੇ ਸਲਮਾਨ ਤਾਂ ਆਹ ਵੇਖੋ ਲਾਈਨ 'ਚ ਵੀ ਲੱਗ ਗਏ ਆ ਆਪਣਾ ਕੰਮ ਕਰਾਉਣ ਵਾਸਤੇ, ਅਤੇ ਸਲਮਾਨ ਦਾ ਹੋ ਗਿਆ, ਅਤੇ ਸਲਮਾਨ ਕਰਾਏਗਾ। ਅਤੇ ਉਸ ਤੋਂ ਬਾਅਦ ਇਹਦਾ ਨਾ ਸਾਈਨ ਟੈਸਟ ਹੋਣਾ, ਸਾਈਨ ਟੈਸਟ ਬਾਅਦ ਫਿਰ ਇਹ ਗੱਡੀ ਦੀ ਟਰਾਈ ਦੇਗਾ, ਗੱਡੀ ਦੀ ਟਰਾਈ ਦੇ ਕੇ ਫਿਰ ਇੱਥੇ ਵਾਪਸ ਆਏਗਾ ਦਫ਼ਤਰ 'ਚ, ਅਤੇ ਇੱਥੇ ਆਪਣਾ ਜੋ ਵੀ ਉੱਥੋਂ ਫਾਰਮ ਮਿਲੇਗਾ ਉਹ ਇੱਥੇ ਲਿਆ ਕੇ ਜਮ੍ਹਾਂ ਕਰਾਏਗਾ, ਅਤੇ ਨਾਲ TCS ਵਾਲਿਆਂ ਦਾ 150 ਰੁਪਇਆ ਵੀ ਦੇਗਾ, ਅਤੇ ਘਰ ਦੇ ਘਰ ਆਈਏਗਾ, ਸਾਡਾ ਲਾਇਸੈਂਸ ਜਿਹੜਾ ਨਾ ਘਰ ਆਈਏਗਾ। ਹੁਣ ਬਸ ਉਹਦਾ ਥੋੜ੍ਹਾ ਜਿਹਾ ਰਹਿ ਗਿਆ ਕੰਮ, ਉਸ ਤੋਂ ਬਾਅਦ ਉਹਦਾ ਸਾਈਨ ਟੈਸਟ ਹੋਏਗਾ, ਫਿਰ ਉਸ ਤੋਂ ਬਾਅਦ ਗੱਡੀ ਦੀ ਡਰਾਈ। ਅਲੀ ਭਾਈ ਕੈਸਾ ਲੱਗ ਰਿਹਾ? ਵਾਹ, ਕੀ ਐਕਟਿੰਗ ਕਰ ਰਿਹਾ, ਰੋ ਰਿਹਾ ਹੱਸ ਰਿਹਾ? ਯਾਰ ਲਾਇਸੈਂਸ ਨਹੀਂ ਬਣਿਆ ਮੇਰਾ, ਡਾਟਾ ਹੀ ਨਹੀਂ ਸ਼ੋਅ ਕੀਤਾ ਚੱਲਣਾ ਨੇ, ਅਤੇ ਆਉਂਦੇ ਨੇ ਸਿਸਟਮ ਵਿੱਚ ਐਰਰ ਹੈ, ਬੰਦਾ ਪੁੱਛੇ 4 ਮਹੀਨੇ ਹੋ ਗਏ, ਕਹਿੰਦੇ ਨੇ ਹਲੇ 1 ਮਹੀਨਾ 2 ਮਹੀਨਾ, ਫਿਰ ਕੀ ਪਤਾ ਠਹਿਰ ਕੇ ਆਈਏ ਤੁਹਾਡਾ, 4-5 ਮਹੀਨੇ ਹੋ ਗਏ ਨੇ ਵੇਟ ਕਰਦੇ ਹਾਂ, ਅਤੇ ਹੁਣ ਅਗਲੇ ਮਹੀਨੇ ਮੇਰਾ ਉਂਝ ਐਕਸਪਾਇਰ ਹੋ ਜਾਣਾ ਲਰਨਰ, ਫਿਰ ਇਹਦਾ ਫਾਇਦਾ
ਕੇ ਫਾਇਦਾ ਘੁੰਮਾ ਸਾਹਿਬ ਸੁਣੋ ਸਹੀ ਕਰੋ ਕੰਮ ਸਿਸਟਮ ਆਪਣੇ ਠੀਕ ਕਰੋ ਹਾਂਜੀ ਬਾਈ ਮਾਸ਼ਾ ਅੱਲਾ ਸਾਡੇ ਚਿੱਟੂ ਨੇ ਲਏ ਨੇ 9 ਨੰਬਰ 10 ਵਿੱਚੋਂ 9 ਇਹਨੇ ਸਵਾਲ ਸਹੀ ਜਵਾਬ ਦਿੱਤੇ ਨੇ ਇੱਕ ਜਣਾ ਤਾਂ ਪਾਸ ਹੋ ਗਿਆ ਇੱਕ ਦਾ ਅੜ ਗਿਆ ਫਿਰ ਵੀ ਹੁਣ ਚੱਲਿਆ ਅਲੀ ਦਾ ਕੰਮ ਕਰਾਉਣ ਜੇ ਤਾਂ ਹੋ ਗਿਆ ਤਾਂ ਠੀਕ ਨਹੀਂ ਤਾਂ ਫਿਰ ਚਿੱਟੂ ਦਾ ਨਾ ਸੜਕ 'ਤੇ ਜਿਹੜਾ ਟੈਸਟ ਦੇਣਾ ਉਹ ਦੇਗਾ ਅਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਕੀ ਨਹੀਂ ਕੈਸਾ ਲੱਗ ਰਿਹਾ ਚਿੱਟੂ ਬੈਸਟ ਹੈ ਤੇ ਅੰਦਰ ਬਾਹਰ ਸਾਰਾ ਕੰਮ ਰਿਹਾ ਹੁਣ ਵੀ ਨਹੀਂ ਜਾ ਕੀ ਬੰਦਾ ਰੋ ਟੈਸਟ ਤੇ ਵੇਖਨੇ ਹੁਣ ਕੰਮ ਰਿਹਾ ਹਲੇ ਕਿਉਂਕਿ ਰੋ ਟੈਸਟ ਹੋ ਰਿਹਾ ਅੱਛਾ ਯਾਰ ਮੈਂ ਜਿਹੜਾ ਨਾ ਕਿਸੇ ਹੋਰ ਪਾਸੇ ਵੀ ਗਿਆ ਵਾਂ ਦੂਸਰੇ ਦਫ਼ਤਰ ਅਤੇ ਉੱਥੇ ਉਹ ਕਹਿੰਦੇ ਨੇ ਤੁਹਾਡਾ ਡਾਟਾ ਸ਼ੋਅ ਹੋ ਰਿਹਾ ਠੀਕ ਹੈ ਲੇਕਿਨ ਜਿੱਥੋਂ ਅਸੀਂ ਬਣਵਾ ਰਹੇ ਹਾਂ ਡਰਾਈਵਿੰਗ ਲਾਇਸੈਂਸ ਉਹ ਆਉਂਦੇ ਨੇ ਤੁਹਾਡਾ ਡਾਟਾ ਨਹੀਂ ਸ਼ੋਅ ਹੋ ਰਿਹਾ ਯਾਨੀ ਕਿ ਉਹਨਾਂ ਦੇ ਸਿਸਟਮ ਵਿੱਚ ਮਸਲਾ ਹੈ ਅਤੇ ਯਾਰ ਆਪਣੇ ਸਿਸਟਮ ਅਪਗ੍ਰੇਡ ਕਰਾ ਲਓ ਮਿਹਰਬਾਨੀ ਕਰਕੇ ਕਿਉਂਕਿ ਇੱਕ ਜਗ੍ਹਾ ਤੁਹਾਡਾ ਡਾਟਾ ਸ਼ੋਅ ਕਰ ਰਿਹਾ ਇੱਕ ਜਗ੍ਹਾ ਨਹੀਂ ਕਰ ਰਿਹਾ ਹੁਣ ਇਹ ਇਸ਼ੂ ਤੁਹਾਡਾ ਤੁਹਾਡੇ ਲੋ ਆਉਂਦੇ ਬੰਦੇ ਹੁਣ ਇੱਧਰ ਵੇਟ ਕਰਦੇ ਰਹਿਣ ਹੁਣ ਮੇਰਾ ਅਗਲੇ ਮਹੀਨੇ ਲਰਨਰ ਐਕਸਪਾਇਰ ਹੋ ਜਾਣਾ ਫਿਰ ਹੁਣ ਮੈਨੂੰ ਨਵੇਂ ਸਿਰ ਫਿਰ ਬਣਾਉਣਾ ਪੈਣਾ ਅਤੇ ਬਹਰਹਾਲ ਹੁਣ ਅਸੀਂ ਫਿਰ ਚੱਲੇ ਹਾਂ ਸਲਮਾਨ ਦੀ ਟਰਾਈ ਦੇਣ ਡਰਾਈਵਿੰਗ ਦੀ ਠੀਕ ਹੈ ਅਤੇ ਇੱਥੇ ਜਾ ਕੇ ਟਰਾਈ ਦਿੰਦੇ ਹਾਂ ਅਤੇ ਵੇਖਦੇ ਹਾਂ ਸਲਮਾਨ ਟੈਸਟ ਪਾਸ ਕਰਦਾ ਜਾਂ ਨਹੀਂ ਅਤੇ ਇਨਸ਼ਾਅੱਲਾ ਪਾਸ ਕਰ ਲਏਗਾ ਅੱਛਾ ਜੀ ਅਸੀਂ ਆਪਣੀ ਲੋਕੇਸ਼ਨ 'ਤੇ ਪਹੁੰਚ ਗਏ ਹਾਂ ਅਤੇ ਪਹੁੰਚ ਕੇ ਅਤੇ ਚਿੱਟੂ ਨੂੰ ਵਹਾਇਆ ਟਰੈਕ ਕਿ ਜਿਹੜਾ ਟਰੈਕ ਕਿੰਨਾ ਕੁ ਚੌੜਾ 10 ਕੁ ਫੁੱਟ ਜਾਂ 9 ਜਾਂ 10 ਫੁੱਟ ਚੌੜਾ ਟਰੈਕ ਜਿੱਥੋਂ ਇੰਜ ਲੈ ਕੇ ਜਾਣੀ ਸਿੱਧੀ ਅੱਗੋਂ ਲੈਫਟ ਮੁੜਨਾ ਲੈਫਟ ਫਿਰ ਵਾਪਸ ਲੈ ਕੇ ਇੰਜ ਹੀ ਆਉਣੀ ਅਤੇ ਚਿੱਟੂ ਦੀ ਜੁੱਤੀ ਵਾਰ ਵਾਰ ਖਰਾਬ ਹੋ ਜਾਂਦੀ ਅਤੇ ਚਿੱਟੂ ਨੂੰ ਸਮਝਾਇਆ ਕਿ ਇੰਜਾਂ 'ਚ ਜਾਣਾ ਅਤੇ ਇੰਜਾਂ 'ਚ ਵਾਪਸ ਆਉਣਾ ਕੰਜ ਜਾਣਾ ਚਿੱਟੂ ਇੰਜਾਂ 'ਚ ਨਹਿਰ 'ਚ ਵੜਿਆ ਹੈ ਗੱਡੀ ਵਿੱਚ ਹੀ ਲਾਹਤੀ ਇਹਨੇ ਅਤੇ ਇੰਜਾਂ 'ਚ ਕਰੀ ਜਾ ਰਿਹਾ ਬਸ ਅਤੇ ਅਲੀ ਭਾਈ ਬਸ ਵੇਖਣ ਹੀ ਆਏ ਨੇ ਕਿ ਸਾਡਾ ਵੀ ਹੁੰਦਾ ਅਤੇ ਅਸੀਂ ਵੀ ਟੈਸਟ ਦੇ ਲੈਂਦੇ ਬਸ ਕਿਸਮਤ ਦੀ ਗੱਲ ਹੈ ਜਿਹਦਾ ਕਰਾਉਣ ਆਇਆ ਉਹਦਾ ਹੋਇਆ ਨਹੀਂ ਤੇ ਜਿਹਦਾ ਨਹੀਂ ਕਰਾਉਣਾ ਉਹਦਾ ਹੋ ਗਿਆ ਵਰਲਡ ਕੱਪ ਜਿੱਤ ਲਿਆ ਇਹਨੇ ਪਾਣੀ ਪੀਣ ਵਾਸਤੇ ਵਰਲਡ ਕੱਪ ਲਿਆ ਅੱਛਾ ਜੀ ਇਹ ਉਹ ਟਰੈਕ ਹੈ ਮੈਂ ਨਾ ਵੀਡੀਓ ਜੰਜ ਛੁੱਪ ਕੇ ਸ਼ੂਟ ਕੀਤੀ ਲੇਕਿਨ ਫਿਰ ਵੀ ਹੋ ਸਕਦਾ ਅਲਾਓ ਹੋਏ ਮੈਂ ਹੀ ਛੁੱਪ ਕੇ ਸ਼ੂਟ ਕੀਤੀ ਲੇਕਿਨ ਇਹ ਟਰੈਕ ਹੈ ਜਿਹਦੇ ਤੋਂ ਗੱਡੀ ਕੱਢਣੀ ਹੈ ਟਰੈਕ ਤਕਰੀਬਨ 8 ਕੁ ਫੁੱਟ ਚੌੜਾ ਜੀ ਅਤੇ ਇੰਜ ਸਿੱਧਾ ਜਾਣਾ ਸਿੱਧਾ ਜਾ ਕੇ ਅੱਗੋਂ ਲੈਫਟ ਮੁੜ ਜਾਣਾ ਅਤੇ ਲੈਫਟ ਮੁੜ ਕੇ ਆਉਣ ਜੀ ਉਹ ਵਾਪਸ ਲੈਣੀ ਉਹ ਸਾਹਮਣੇ ਟਰੈਕ ਨਜ਼ਰ ਆ ਰਿਹਾ ਇਹ ਇੰਨਾ ਕੁ ਟਰੈਕ ਹੈ ਸਿੱਧਾ ਜਿੰਨਾ ਕੁ ਜਾਣਾ ਉੰਨਾ ਹੀ ਲੈਫਟ ਬਾਈ ਚਿੱਟੀ ਵੀ ਟੁੱਟ ਗਿਆ ਅਤੇ ਕੈਸਾ ਫੀਲ ਹੋ ਰਿਹਾ ਟਰਾਈ ਦੇਣ ਹੋ ਗਿਆ ਦਿਲ 'ਤੇ ਦਗ ਦਗ ਕਰ ਰਿਹਾ ਐਸਾ ਹੀ ਹੋ ਰਿਹਾ ਟਰਾਈ ਦੇਣ ਗਿਆ ਹੋ ਗਿਆ ਉਹਦਾ ਜਾ ਰਿਹਾ ਹੀ ਹੈ ਅੱਲਾ ਕਰੇ ਹੋ ਜਾਵੇ ਇੱਕ ਅੱਧੇ ਦਾ ਹੋ ਜਾਵੇ ਮੈਂ ਇੰਨਾ ਖਾਧੇ ਛੁੱਟੀ ਕੀਤੀ ਹੈ ਅਤੇ ਜੇ ਅੱਲਾ ਕਰੇ ਇੱਕ ਅੱਧੇ ਦਾ ਹੋ ਜਾਵੇ ਬਸ ਅੱਜ ਇੱਥੇ ਤੱਕ ਤੱਕ ਹੋਈ ਜਾ ਰਹੀ ਹੈ ਉੱਥੇ ਉਹ ਟਰਾਈ ਦੇ ਰਹੇ ਇੱਥੇ ਤੱਕ ਤੱਕ ਹੋਈ ਜਾ ਰਹੀ ਹੈ ਅੱਲਾ ਕਰੇ ਹੋ ਜਾਵੇ ਦੁਆ ਕਰੋ ਤੁਹਾਡੇ ਤੱਕ ਪਹੁੰਚਦੇ ਪਹਿਲਾਂ ਹੀ ਹੁਣ ਲਾਭਾ ਹੋ ਜਾਣੀਆਂ ਜੋ ਵੀ ਹੋਣਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਵੀ ਅੱਜ ਦੇਣੀ ਸੀ ਤੇ ਤੁਹਾਡੇ 'ਚ ਐਰਰ ਤਾਂ ਐਰਰ ਆਇਆ ਮਾਸ਼ਾਅੱਲਾ ਟਰਾਈ ਹੋ ਗਈ ਏ ਤੇ ਚਿੱਟੂ ਗੱਡੀ ਚਲਾ ਰਿਹਾ ਟਰਾਈ ਹੋ ਗਈ ਏ ਫੇਲ ਹੋ ਗਿਆ ਪਤਾ ਨਹੀਂ ਕੀ ਏ ਫੇਲ ਹੋ ਗਿਆ ਇਹ ਤੇ ਉਹ ਹਿਸਾਬ ਹੋ ਗਿਆ ਦੋ ਜੰਮੇ ਦੋਵੇਂ ਹੀ ਨਕੰਮੇ ਤੇ ਇੱਕ ਦਾ ਤੇ ਟਰਾਈ ਹੋਈ ਉਹਨੇ ਉੱਥੇ ਫੇਲ ਹੋ ਗਿਆ ਇੱਕ ਕੰਮ ਹੀ ਨਹੀਂ ਹੋਇਆ ਕੀ ਮਨੋਹਰ ਸ਼ਖਸੀਅਤ ਹੋਈ ਉਹਨੇ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਬਾਕੀ ਤੁਸੀਂ ਦੱਸਣਾ ਕਿ ਵੀਡੀਓ ਕੈਸੀ ਬਣੀ ਹੈ
ਤੇ ਕਮੈਂਟ ਵਿੱਚ ਮੈਨੂੰ ਦੱਸੋ ਜੇ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤੇ ਮਤਲਬ ਤੇ ਮੈਨੂੰ ਕਮੈਂਟ ਵਿੱਚ ਪੁੱਛ ਲਿਆ ਜੇ ਮੈਂ ਤੁਹਾਨੂੰ ਅੱਛੀ ਤਰ੍ਹਾਂ ਗਾਈਡ ਕਰਾਂਗਾ ਤੇ ਜੋ ਵੀ ਮਸਲਾ ਆ ਮੈਂ ਕੋਲ ਪੁੱਛ ਲਿਆ ਮੈਂ ਤੁਹਾਨੂੰ ਹਾਜ਼ਰ ਹਾਂ ਜਵਾਬ ਦੇ ਹਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਿਆ ਕਰੋ ਯਾਰ ਮੈਨੂੰ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗੇ ਮੇਰੀ ਵੀਡੀਓ ਕਿਤੇ ਵੇਖੀ ਵੀ ਜਾਂਦੀ ਹੈ ਜੇ ਤੂੰ ਕਮੈਂਟ ਨਹੀਂ ਨਾ ਕਰਦੇ ਮੈਨੂੰ ਤਾਂ ਇੰਝ ਲੱਗਦਾ ਜਿੱਥੇ ਕੋਈ ਪੈਲੀਆਂ ਪੂਲੀਆਂ 'ਚ ਛੱਡ ਦਿੱਤੀ ਹੈ ਮੈਂ ਆਪਣੀ ਵੀਡੀਓ 'ਤੇ ਕੋਈ ਲੰਘਦਾ ਲੰਘਦਾ ਵੇਖ ਲੈਂਦਾ ਤਾਂ ਠੀਕ ਹੈ ਬਸ ਅਤੇ ਮਿਹਰਬਾਨੀ ਕਰਕੇ ਕਮੈਂਟ ਕਰਿਆ ਕਰੋ ਅਤੇ ਲਾਈਕ ਕਰ ਦਿਆ ਕਰੋ ਵਿਊ ਇੰਨੇ ਹੁੰਦੇ ਨੇ ਅਤੇ ਲਾਈਕ ਕਰਦਾ ਹੀ ਕੋਈ ਨਹੀਂ ਕੋਈ ਹੱਥ ਉਹ ਤੁਹਾਡੇ ਅੰਗੂਠੇ 'ਤੇ ਜਿਹੜਾ ਆਉਂਦਾ ਨਾ ਖਰਚਾ ਮੈਂ ਪੇ ਕਰਦਿਆਂ ਕਰਾਂਗਾ ਅਤੇ ਤੁਸੀਂ ਲਾਈਕ ਲਾਜ਼ਮੀ ਕਰੋ ਅਤੇ ਸਬਸਕ੍ਰਾਈਬ ਕਰੋ ਅੱਲਾ ਹਾਫਿਜ਼।